ਅੱਜ ਇੰਟਰਨੈਸ਼ਨਲ ਯੋਗਾ ਡੇ 'ਤੇ ਮੈਂ ਸਾਰਿਆਂ ਨੂੰ ਕੋਂਗਰੈਚ ਕਰਦਾ ਅਤੇ ਵਧਾਈ ਦਿੰਦਾ। ਅਤੇ ਅੱਜ ਜਿੱਦਾਂ ਕਿ ਪੂਰੇ ਦੇਸ਼ ਵਿੱਚ ਇੰਟਰਨੈਸ਼ਨਲੀ ਬਲਕਿ ਪੂਰੇ ਦੁਨੀਆ ਦੇ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ, ਸੇਮ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਯੋਗਾ ਦਿਵਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਇਹਦੇ ਵਿੱਚ ਸਾਡੇ ਕਾਫੀ ਮੁਲਾਜ਼ਮ ਨੀਅਰ ਅਬਾਊਟ 250 ਪੁਲਿਸ ਪਰਸਨਲ ਵੀ ਅੱਜ ਯੋਗਾ ਦੀ ਪ੍ਰੈਕਟਿਸ ਕਰਨਗੇ। ਇਹ ਬੇਸਿਕਲੀ ਇਹ ਡੇਲੀ ਸਾਨੂੰ ਕਰਨਾ ਚਾਹੀਦਾ ਹੈ। ਅੱਜ ਯੋਗਾ ਦਿਵਸ ਦੇ ਮਾਧਿਅਮ ਨਾਲ ਅਸੀਂ ਇਹਦੇ ਬੈਨੀਫਿਟ ਕਿ ਜਿਹੜਾ ਇਹ ਫਿਜ਼ੀਕਲ, ਮੈਂਟਲ ਅਤੇ ਸਪਿਰਿਚੁਅਲ ਫਿਟਨੈਸ ਦਾ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ। ਅਤੇ 2023 ਦਾ ਜਿਹੜਾ ਸਪੈਸ਼ਲ ਮੈਸੇਜ ਹੈਗਾ ਇੰਡੀਆ ਵੱਲੋਂ ਵਾਸੁਦੇਵ ਕੁਟੁੰਬਕਮ, ਉਹਨੂੰ ਵੀ ਅੱਗੇ ਸਰਕੂਲੇਟ ਕਰਨਾ ਚਾਹੁੰਦੇ ਹਾਂ। ਅੱਜ ਇੰਟਰਨੈਸ਼ਨਲ ਯੋਗਾ ਡੇ 'ਤੇ ਮੈਂ ਸਾਰਿਆਂ ਨੂੰ ਕੋਂਗਰੈਚ ਕਰਦਾ ਅਤੇ ਵਧਾਈ ਦਿੰਦਾ। ਅਤੇ ਅੱਜ ਜਿੱਦਾਂ ਕਿ ਪੂਰੇ ਦੇਸ਼ ਵਿੱਚ ਇੰਟਰਨੈਸ਼ਨਲੀ ਬਲਕਿ ਪੂਰੇ ਦੁਨੀਆ ਦੇ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ, ਸੇਮ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਯੋਗਾ ਦਿਵਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਇਹਦੇ ਵਿੱਚ ਸਾਡੇ ਕਾਫੀ ਮੁਲਾਜ਼ਮ ਨੀਅਰ ਅਬਾਊਟ 250 ਪੁਲਿਸ ਪਰਸਨਲ ਵੀ ਅੱਜ ਯੋਗਾ ਦੀ ਪ੍ਰੈਕਟਿਸ ਕਰਨਗੇ। ਇਹ ਬੇਸਿਕਲੀ ਇਹ ਡੇਲੀ ਸਾਨੂੰ ਕਰਨਾ ਚਾਹੀਦਾ ਹੈ। ਅੱਜ ਯੋਗਾ ਦਿਵਸ ਦੇ ਮਾਧਿਅਮ ਨਾਲ ਅਸੀਂ ਇਹਦੇ ਬੈਨੀਫਿਟ ਕਿ ਜਿਹੜਾ ਇਹ ਫਿਜ਼ੀਕਲ, ਮੈਂਟਲ ਅਤੇ ਸਪਿਰਿਚੁਅਲ ਫਿਟਨੈਸ ਦਾ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ। ਅਤੇ 2023 ਦਾ ਜਿਹੜਾ ਸਪੈਸ਼ਲ ਮੈਸੇਜ ਹੈਗਾ ਇੰਡੀਆ ਵੱਲੋਂ ਵਾਸੁਦੇਵ ਕੁਟੁੰਬਕਮ, ਉਹਨੂੰ ਵੀ ਅੱਗੇ ਸਰਕੂਲੇਟ ਕਰਨਾ ਚਾਹੁੰਦੇ ਹਾਂ। ਅੱਜ ਇੰਟਰਨੈਸ਼ਨਲ ਯੋਗਾ ਡੇ 'ਤੇ ਮੈਂ ਸਾਰਿਆਂ ਨੂੰ ਕੋਂਗਰੈਚ ਕਰਦਾ ਅਤੇ ਵਧਾਈ ਦਿੰਦਾ। ਅਤੇ ਅੱਜ ਜਿੱਦਾਂ ਕਿ ਪੂਰੇ ਦੇਸ਼ ਵਿੱਚ ਇੰਟਰਨੈਸ਼ਨਲੀ ਬਲਕਿ ਪੂਰੇ ਦੁਨੀਆ ਦੇ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ, ਸੇਮ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਯੋਗਾ ਦਿਵਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਇਹਦੇ ਵਿੱਚ ਸਾਡੇ ਕਾਫੀ ਮੁਲਾਜ਼ਮ ਨੀਅਰ ਅਬਾਊਟ 250 ਪੁਲਿਸ ਪਰਸਨਲ ਵੀ ਅੱਜ ਯੋਗਾ ਦੀ ਪ੍ਰੈਕਟਿਸ ਕਰਨਗੇ। ਇਹ ਬੇਸਿਕਲੀ ਇਹ ਡੇਲੀ ਸਾਨੂੰ ਕਰਨਾ ਚਾਹੀਦਾ ਹੈ। ਅੱਜ ਯੋਗਾ ਦਿਵਸ ਦੇ ਮਾਧਿਅਮ ਨਾਲ ਅਸੀਂ ਇਹਦੇ ਬੈਨੀਫਿਟ ਕਿ ਜਿਹੜਾ ਇਹ ਫਿਜ਼ੀਕਲ, ਮੈਂਟਲ ਅਤੇ ਸਪਿਰਿਚੁਅਲ ਫਿਟਨੈਸ ਦਾ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ। ਅਤੇ 2023 ਦਾ ਜਿਹੜਾ ਸਪੈਸ਼ਲ ਮੈਸੇਜ ਹੈਗਾ ਇੰਡੀਆ ਵੱਲੋਂ ਵਾਸੁਦੇਵ ਕੁਟੁੰਬਕਮ, ਉਹਨੂੰ ਵੀ ਅੱਗੇ ਸਰਕੂਲੇਟ ਕਰਨਾ ਚਾਹੁੰਦੇ ਹਾਂ।